गुरु साहब जी फरमाते हैं हाथ विच कृपान होगी बाहां गोडियां तक लंबिया होणगियां। ਇਹ ਉਵੇਂ ਹੀ ਹੋਵੇਗਾ ਜਿਵੇਂ ਸੰਤ ਭਿੰਡਰਾਂ ਵਾਲੇ ਦੀਆਂ ਬਾਹਾਂ ਗੋਡਿਆਂ ਤੱਕ ਉੱਚੀਆਂ ਲੰਬੀਆਂ ਸਨ, ਉਵੇਂ ਹੀ ਗੁਰੂ ਸਾਹਿਬ ਫਰਮਾਉਂਦੇ ਹਨ ਪਾਨ ਕਿਰਪਾਨ ਅਜਾਨ ਪੂਜਾ ਰਣ ਰੂਪ ਮਹਾਨ ਦਿਖਾਵੇਂਗੇ। ਭਾਵ ਹੱਥ ਵਿੱਚ ਕਿਰਪਾਨ ਹੋਵੇਗੀ, ਬਾਹਾਂ ਗੋਡਿਆਂ ਤੱਕ ਲੰਬੀਆਂ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਕੀ ਅਵਤਾਰ ਭਾਗ ਪਹਿਲੇ ਵਿੱਚ ਅਸੀਂ ਸੁਣਿਆ ਹੈ ਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਲਕੀ ਅਵਤਾਰ ਦੇ ਆਗਮਨ ਦੀ ਕਥਾ ਪਹਿਲਾਂ ਹੀ ਕਿਉਂ ਕਰ ਦਿੱਤੀ, ਕਿਸ ਜਗ੍ਹਾ ਤੇ ਕੀਤੀ, ਉਸ ਬਾਰੇ ਭਾਗ ਪਹਿਲੇ ਵਿੱਚ ਸੁਣਿਆ ਸੀ। ਭਾਗ ਦੂਜੇ ਵਿੱਚ ਅਸੀਂ ਸਰਵਣ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਦੀ ਵਿਚਿੱਤਰ ਨਾਟਕ ਵਿੱਚ 24 ਅਵਤਾਰ ਦੀ ਬਾਣੀ ਵਿੱਚ ਕੀ ਕੀ ਉਚਾਰਿਆ ਹੈ, ਕਲਕੀ ਅਵਤਾਰ ਕਦੋਂ ਹੋਵੇਗਾ, ਕਿੱਥੇ ਹੋਵੇਗਾ ਤੇ ਉਹ ਧਰਤੀ ਤੇ ਆ ਕੇ ਕੀ ਕਰਨਗੇ ਕਲਕੀ ਅਵਤਾਰ ਦੇ ਰੂਪ ਵਿੱਚ, ਇਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਜੋ ਆਪਣੀ ਬਾਣੀ ਦੇ ਅੰਦਰ ਫਰਮਾਉਂਦੇ ਹਨ, ਆਓ ਸਰਵਣ ਕਰਦੇ ਹਾਂ ਜੀ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਦਸਮ ਗ੍ਰੰਥ ਵਿਚਿੱਤਰ ਨਾਟਕ 24 ਅਵਤਾਰ ਸਵਈਆ ਛੰਦ ਪਾਪ ਸਭੂ ਬਿਨਾਸ਼ਨ ਕੋ ਕਲਕੀ ਅਵਤਾਰ ਕਹਾਵੇਂਗੇ। ਤੁਰਕਸ਼ ਤੁਰੰਗ ਛਪਸ਼ ਬਡੋ ਕਰ ਕਾਰਡ ਕਿਰਪਾਨ ਕਪਾਵੇਂਗੇ। ਨਿਕਸੇ ਜਿਮ ਕਹਿਰ ਪਰਬ ਤੇ ਤਸ ਸੋਬ ਦੀਵਾਲੇ ਪਾਵੇਂਗੇ। ਪਲ ਭਾਜ ਭਜਾ ਏ ਸੰਭਲ ਕੇ ਹਰਜੂ ਹਰ ਮੰਦਰ ਆਵੇਂਗੇ। ਗੁਰੂ ਸਾਹਿਬ ਫਰਮਾਉਂਦੇ ਹਨ ਸਾਰਿਆਂ ਪਾਪਾਂ ਨੂੰ ਨਸ਼ਟ ਕਰਨ ਲਈ ਅਕਾਲ ਪੁਰਖ ਕਲਕੀ ਅਵਤਾਰ ਧਾਰ ਕੇ ਆਉਣਗੇ। ਤੁਰ ਕਿਸਾਨ ਦੇ ਖੰਭਾਂ ਵਾਲੇ ਵੱਡੇ ਘੋੜੇ ਉੱਤੇ ਸਵਾਰ ਹੋ ਕੇ ਹੱਥ ਵਿੱਚ ਕਿਰਪਾਨ ਨੂੰ ਕੱਢ ਕੇ ਘੁਮਾਉਣਗੇ। ਜਿਵੇਂ ਪਰਬਤਾਂ ਵਿੱਚੋਂ ਸ਼ੇਰ ਨਿਕਲਦਾ ਹੈ, ਉਸ ਤਰ੍ਹਾਂ ਉਹ ਮੰਦਰਾਂ ਵਿੱਚੋਂ ਨਿਕਲਦਿਆਂ ਸ਼ੋਭਾ ਪਾਉਣਗੇ। ਇਹ ਸੰਭਲ ਸ਼ਹਿਰ ਜੋ ਇੱਕ ਸੰਭਲ ਨਾਮ ਦਾ ਵੱਡਾ ਸ਼ਹਿਰ ਹੈ, ਵੱਡਾ ਭਾਗ ਹੈ, ਉਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਕੀ ਅਵਤਾਰ ਧਾਰ ਕੇ ਆਉਣਗੇ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਰੂਪ ਅਨੂਪ ਸਰੂਪ ਮਹਾਲਖ ਦੇਵ ਅਦੇਵ ਲਜਾਵੇਂਗੇ। ਹਰ ਮਾਰ ਸੁਧਾਰ ਕੇ ਢਾਰ ਕਣੇ ਬਾਹਰੋਂ ਕਲ ਧਰਮ ਚਲਾਵੇਂਗੇ। ਸਭ ਸਾਧ ਉਵਾਰ ਰਹੇ ਕਰ ਦੇ ਦੁੱਖ ਆਜ ਨਾ ਲਾਗਨ ਪਾਵੇਂਗੇ। ਪਲ ਭਾਜ ਭਇਆ ਇਹ ਸੰਭਲ ਕੇ ਹਰਜੂ ਹਰ ਮੰਦਰ ਆਵੇਂਗੇ। ਗੁਰੂ ਸਾਹਿਬ ਫਰਮਾਉਂਦੇ ਹਨ ਜਿਹਨਾਂ ਦਾ ਅਨੁਪਮ ਰੂਪ ਹੋਵੇਗਾ ਉਹਨਾਂ ਦੇ ਮਹਾਨ ਸਰੂਪ ਨੂੰ ਵੇਖ ਕੇ ਦੇਵਤਿਆਂ ਦੇ ਤੈਂਤ ਲੱਜਾ ਨੂੰ ਅਨੁਭਵ ਕਰਨਗੇ। ਬੈਰੀਆਂ ਨੂੰ ਮਾਰ ਕੇ ਧਰਤੀ ਉੱਤੇ ਸੁਧਾਰ ਕਰਨਗੇ ਤੇ ਬਹੁਤੇ ਪਾਪਾਂ ਨੂੰ ਦੂਰ ਕਰਕੇ ਫਿਰ ਕਲਯੁਗ ਦਾ ਆਪਣਾ ਧਰਮ ਚਲਾਵੇਂਗੇ। ਮਤਲਬ ਕਲਯੁਗ ਵਿੱਚ ਗੁਰੂ ਸਾਹਿਬ ਆਪਣਾ ਧਰਮ ਹੋਰ ਪੰਥ ਚਲਾਉਣਗੇ, ਜੋ ਖਾਲਸੇ ਪੰਥ ਨੂੰ ਹੀ ਅੱਗੇ ਵਧਾਉਣਗੇ, ਇਸ ਬਾਰੇ ਆਖਿਆ ਗਿਆ ਹੈ। ਆਪਣਾ ਹੱਥ ਦੇ ਕੇ ਸਾਰੇ ਸਾਧੂ ਰੁਚੀ ਵਾਲਿਆਂ ਨੂੰ, ਜੋ ਸਾਧੂ ਰੁਚੀਆਂ ਵਾਲੇ ਮਨੁੱਖ ਹੋਣਗੇ, ਪੁਰਸ਼ ਹੋਣਗੇ, ਉਹਨਾਂ ਨੂੰ ਉਭਾਰ ਲੈਣਗੇ ਅਤੇ ਉਹਨਾਂ ਨਾਲ ਦੁੱਖਾਂ ਨੂੰ ਨਾਸ਼ ਕਰਨਗੇ। ਜੋ ਜ਼ਾਲਮ ਉਹਨਾਂ ਉੱਪਰ ਭਾਰ ਢਾਉਣਗੇ ਉਸ ਦਾ ਨਾਸ਼ ਕਰਨਗੇ। ਇਸ ਸੰਭਲ ਨਗਰ ਨਾਮ ਦਾ ਇੱਕ ਵੱਡਾ ਸ਼ਹਿਰ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਭੂ ਜੀ ਦੀਵਾਲੇ ਵਿੱਚ ਆਉਣਗੇ, ਪ੍ਰਭੂ ਜੀ ਅਵਤਾਰ ਧਾਰਨਗੇ। ਗੁਰੂ ਸਾਹਿਬ ਅੱਗੇ ਫਰਮਾਉਂਦੇ ਨੇ ਦਾਨਵ ਮਾਨ ਅਪਾਰ ਬੜੇ ਰਣਜੀਤ ਨਜੀਤ ਬਜਾਵੇਂਗੇ। ਖਲਟਾਰ ਹਜ਼ਾਰ ਕਰੋੜ ਕੀਤੇ ਕਲਕੀ ਕਲਕ੍ਰਿਤ ਬੜਾਵੇਂਗੇ। ਪ੍ਰਗਟ ਹੈ ਜਿਤ ਹੀ ਤਿਤ ਧਰਮ ਦਿਸਾ ਲਖ ਪਾਪਨ ਪੁੰਜ ਪਰਾਵੇਂਗੇ। ਪਲ ਭਾਜ ਭਇਆ ਇਹ ਸੰਭਲ ਕੇ ਹਰਜੂ ਹਰ ਮੰਦਰ ਆਵੇਂਗੇ। ਭਾਵ ਅਣਗਿਣਤ ਵੱਡੇ ਦੈਂਤਾਂ ਪਾਪੀਆਂ ਨੂੰ ਮਾਰ ਕੇ ਰਣ ਦੀ ਜਿੱਤ ਦਾ ਨਗਾਰਾ ਵਜਾਉਣਗੇ। ਹਜ਼ਾਰਾਂ ਕਰੋੜਾਂ ਕਿਤਨਿਆਂ ਹੀ ਨੂੰ ਨਸ਼ਟ ਕਰਕੇ ਕਲਕੀ ਅਵਤਾਰ ਆਪਣਾ ਸੁੰਦਰ ਜਸ਼ ਵਧਾਉਣਗੇ। ਜਿੱਥੇ ਕਿਤੇ ਧਰਮ ਦੀ ਸਥਿਤੀ ਪਰਸ ਜਾਵੇਗੀ, ਜਿਸ ਨੂੰ ਵੇਖ ਕੇ ਪਾਪਾਂ ਦੇ ਸਮੂਹ ਭੱਜ ਜਾਣਗੇ। ਇਹ ਸੰਭਲ ਨਗਰ ਨਾਮ ਦਾ ਵੱਡਾ ਸ਼ਹਿਰ ਹੈ ਜਿੱਥੇ ਕਿ ਪ੍ਰਭੂ ਜੀ ਦੀਵਾਲੇ ਵਿੱਚ ਆਉਣਗੇ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਹੀਨ ਮਹਾ ਦਿਜ ਦੀਨ ਦਸ਼ਾ ਲਖ ਦੀਨ ਦਿਆਲ ਰਿਸਾਵੇਂਗੇ। ਖਗ ਕਾਡ ਅਭੰਗ ਨਿਸੰਗ ਹਠੀ ਰਣ ਰੰਗ ਤੁਰੰਗ ਨਚਾਵੇਂਗੇ। ਰਿਪ ਜੀਤ ਅਜੀਤ ਅਭੀਤ ਬੜੇ ਆਪਣੀ ਪੈ ਸਭੇ ਜਸ ਗਾਵੇਂਗੇ। ਫਲ ਭਾਜ ਭਜਾ ਇਹ ਸੰਭਲ ਕੇ ਹਰਜੂ ਹਰ ਮੰਦਰ ਆਵੇਂਗੇ। ਭਾਵ ਦੁਨੀਆਂ ਦੀ ਬਹੁਤ ਮਾੜੀ ਦਸ਼ਾ ਦੇਖ ਕੇ ਦੀਨ ਦਿਆਲ ਕਲਕੀ ਅਵਤਾਰ ਬਹੁਤ ਕ੍ਰੋਧਵਾਨ ਹੋਣਗੇ। ਨਾ ਟੁੱਟਣ ਵਾਲੀ ਖੜਗ ਨੂੰ ਕੱਢ ਕੇ
ਹਠੀ ਕਲਕੀ ਰਣ ਭੂਮੀ ਵਿੱਚ ਘੋੜਿਆਂ ਨੂੰ ਨਚਾਉਣਗੇ। ਉਹ ਨਾ ਜਿੱਤੇ ਜਾ ਸਕਣ ਵਾਲੇ ਬਹੁਤ ਨਿਡਰ ਵੈਰੀਆਂ ਨੂੰ ਜਿੱਤਣਗੇ ਤੇ ਧਰਤੀ ਉੱਪਰ ਸਭ ਲੋਕ ਉਹਨਾਂ ਦਾ ਰਸ ਗਾਉਣਗੇ। ਇਹ ਸੰਬਲ ਸ਼ਹਿਰ ਨਾਮ ਦਾ ਵੱਡਾ ਭਾਗ ਹੈ ਜਿੱਥੇ ਪ੍ਰਭੂ ਜੀ ਦੀਵਾਲੇ ਵਿੱਚ ਆਉਣਗੇ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ, ਸੇਸ਼ ਸੁਰੇਸ਼ ਮਹੇਸ਼ ਗਣੇਸ਼ ਨਿਸ਼ੇਸ਼ ਭਲੇ ਜਸ ਗਾਵਹਿੰਗੇ ਗਣ ਭੂਤ ਪ੍ਰੇਤ ਪਿਸਾਚ ਪਰੀ ਜਸ ਸਦ ਨਿੰਨਦ ਸੁਣਾਵਹਿੰਗੇ ਨਰ ਨਾਰਦ ਤੁਵਰ ਕਿੰਨਰ ਜਸ ਸੋ ਬੀਨ ਪ੍ਰਬੀਨ ਬਜਾਵਹਿੰਗੇ ਭਲ ਭਾਲ ਭਯਾ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ। ਗੁਰੂ ਸਾਹਿਬ ਫਰਮਾਉਂਦੇ ਹਨ, ਸ਼ੇਸ਼ ਨਾਗ ਇੰਦਰ ਸ਼ਿਵ ਗਣੇਸ਼ ਤੇ ਚੰਦਰਮਾ ਉਸ ਦੇ ਚੰਗੀ ਤਰ੍ਹਾਂ ਜਸ ਨੂੰ ਗਾਉਣਗੇ। ਗਣ ਭੂਤ ਪ੍ਰੇਤ ਪਿਸਾਚ ਤੇ ਪਰੀਆਂ ਉੱਚੀ ਧੁਨ ਵਿੱਚ ਜੈ ਜੈ ਕਾਰੇ ਦੇ ਸ਼ਬਦ ਸੁਣਾਉਣਗੇ। ਨਰ ਨਾਰਦ ਤੁਵਰ ਬੀਨ ਬਾਲਕ ਕਿੰਨਰ ਤੇ ਜਕਸ਼ ਬੜੀ ਪ੍ਰਬੀਨਤਾ ਨਾਲ ਬੀਨ ਵਜਾਉਣਗੇ। ਇਹ ਸੰਭਲ ਨਾਮ ਦਾ ਵੱਡਾ ਸ਼ਹਿਰ ਹੈ ਜਿੱਥੇ ਪ੍ਰਭੂ ਜੀ ਦੀਵਾਲੇ ਵਿੱਚ ਆਉਣਗੇ। ਲੈਣੇ ਮਰਦੰਗ ਮੁਚੰਗ ਸਾਰੰਗੀ ਅਤੇ ਉਪੰਗ ਨਾਲ ਅਨੇਕਾਂ ਤਰ੍ਹਾਂ ਦੇ ਨਾਦ ਸੁਣਾਉਣਗੇ। ਡਫ ਜਲ ਤਰੰਗ ਰਬਾਬ ਤੁਰੀ ਅਤੇ ਰਣ ਸਿੰਘੇ ਅਣਗਿਣਤ ਵਜਾਉਣਗੇ। ਬਹੁਤ ਸਾਰੇ ਨਗਾਰਿਆਂ ਢੋਲਾ ਆਦਿ ਨਾਲ ਬਹੁਤ ਭਾਰੀ ਧੁਨ ਸੁਣ ਕੇ ਸਾਰੇ ਬੈਰੀ ਮੁਰਸ਼ਤ ਹੋ ਜਾਣਗੇ। ਇਹ ਸੰਭਲ ਨਗਰ ਦਾ ਵੱਡਾ ਭਾਗ ਹੈ ਜਿੱਥੇ ਪ੍ਰਭੂ ਜੀ ਦੀਵਾਲੇ ਵਿੱਚ ਆਉਣਗੇ। ਤੀਰ ਬੰਦੂਕ ਕਮਾਨ ਸੋਹਣੇ ਦੋ ਰੰਗੇ ਹੱਥੇ ਨਾਲ ਸੁਸ਼ੋਭਿਤ ਹੋਣਗੇ। ਬਰਸ਼ੀਆਂ ਤੇ ਉਹਨਾਂ ਨਾਲ ਲੱਗੀਆਂ ਝੰਡੀਆਂ ਬਾਣ ਅਤੇ ਤੁਜੂਆਂ ਹਵਾ ਦੇ ਲੱਗਣ ਨਾਲ ਉੱਡਣਗੀਆਂ। ਗਣ ਜਕਸ਼ ਸੱਪ ਅਤੇ ਕਿੰਨਰ ਅਤੇ ਪ੍ਰਸਿੱਧ ਸਿੱਧ ਲੋਕ ਸਾਰੇ ਜਸ ਗੁਰੂ ਜੀ ਦਾ ਗਾਉਣਗੇ। ਇਹ ਸੰਭਲ ਨਾਮ ਦਾ ਵੱਡਾ ਭਾਗ ਹੈ ਜਿੱਥੇ ਪ੍ਰਭੂ ਜੀ ਦੀਵਾਲੇ ਵਿੱਚ ਆਉਣਗੇ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ, ਕਬਜ ਕਿਰਪਾਨ ਕਟਾਰ ਕਮਾਨ ਅਤੇ ਸੁੰਦਰ ਰੰਗ ਵਾਲਾ ਪੱਥਾ ਸਜਾਉਣਗੇ। ਬਰਸ਼ੀ ਢਾਲ ਗਦਾ ਕੁਹਾੜੀ ਨੇਜਾ ਤੇ ਤਰਸ਼ੂਲ ਹੱਥ ਵਿੱਚ ਘੁਮਾਉਣਗੇ ਅਤੇ ਅਧਿਕ ਕ੍ਰੋਧ ਹੋ ਕੇ ਰਣ ਭੂਮੀ ਵਿੱਚ ਆਮੋ ਸਾਹਮਣੇ ਤੀਰਾਂ ਦੇ ਝੁੰਡ ਚਲਾਉਣਗੇ। ਇਹ ਸੰਭਲ ਨਾਮ ਦਾ ਵੱਡਾ ਭਾਗ ਹੈ ਜਿੱਥੇ ਪ੍ਰਭੂ ਜੀ ਦੀਵਾਲੇ ਵਿੱਚ ਆਉਣਗੇ। ਗੁਰੂ ਸਾਹਿਬ ਅੱਗੇ ਆਖਦੇ ਹਨ, ਪ੍ਰਚੰਡ ਤੇਜ ਅਤੇ ਅਖੰਡ ਮਹਾਨ ਛਬੀ ਨੂੰ ਵੇਖ ਕੇ ਦੁਰਜਣ ਲੋਕ ਭੱਜ ਜਾਣਗੇ। ਜਿਵੇਂ ਤੇਜ ਹਵਾ ਦੇ ਚੱਲਣ ਨਾਲ ਬਰਿਖਸ਼ਾਂ ਦੇ ਡਿੱਗੇ ਹੋਏ ਪੱਤੇ ਆਪੇ ਹੀ ਉੱਡਣ ਲੱਗ ਜਾਂਦੇ ਹਨ। ਜਿੱਥੇ ਕਿਤੇ ਧਰਮ ਦੀ ਦਸ਼ਾ ਵੱਧ ਜਾਵੇਗੀ ਅਤੇ ਪਾਪ ਢੂੰਡਿਆਂ ਵੀ ਨਹੀਂ ਲੱਭਣਗੇ। ਇਸ ਤਰ੍ਹਾਂ ਦਾ ਮਾਹੌਲ ਗੁਰੂ ਸਾਹਿਬ ਜੀ ਪਾਪਾਂ ਦਾ ਅੰਤ ਕਰਕੇ ਕਰ ਦੇਣਗੇ। ਇਹ ਸੰਭਲ ਸ਼ਹਿਰ ਨਾਮ ਦਾ ਵੱਡਾ ਭਾਗ ਹੈ ਜਿੱਥੇ ਪ੍ਰਭੂ ਜੀ ਦੀਵਾਲੇ ਵਿੱਚ ਆਉਣਗੇ। ਗੁਰੂ ਸਾਹਿਬ ਅੱਗੇ ਆਖਦੇ ਹਨ, ਕਮਾਨਾਂ ਤੋਂ ਬਾਣਾਂ ਦੇ ਛੁੱਟਦਿਆਂ ਹੀ ਰਣ ਖੇਤਰ ਨੂੰ ਛੱਡ ਕੇ ਯੋਧੇ ਭੱਜ ਜਾਣਗੇ। ਭਿਆਨਕ ਸ਼ਕਲ ਵਾਲੇ ਗਣ ਵੀਰ ਅਤੇ ਬੇਤਾਲ ਰਣ ਭੂਮੀ ਵਿੱਚ ਆਮੋ ਸਾਹਮਣੇ ਸੋਭਾ ਪਾਉਣਗੇ। ਗਣ ਪ੍ਰਸਿੱਧ ਅਤੇ ਸਿੱਧੀਆਂ ਵਿੱਚ ਸੰਪੰਨ ਉੱਚੇ ਹੱਕ ਵਾਲੇ ਲੋਕ ਕੀਰਤੀ ਦੇ ਬੋਲ ਸੁਣਾਉਣਗੇ। ਇਹ ਸੰਭਲ ਨਗਰ ਦਾ ਵੱਡਾ ਭਾਗ ਹੈ ਜਿੱਥੇ ਪ੍ਰਭੂ ਜੀ ਕਲਕੀ ਅਵਤਾਰ ਧਾਰ ਕੇ ਆਗਮਨ ਲੈ ਕੇ ਆਉਣਗੇ। ਗੁਰੂ ਸਾਹਿਬ ਜੀ ਅੱਗੇ ਫਰਮਾਉਂਦੇ ਹਨ, ਜਿਸ ਦੇ ਅਨੁਪਮ ਰੂਪ ਅਤੇ ਮਹਾਨ ਸਰੂਪ ਦੇ ਅੰਗਾਂ ਨੂੰ ਵੇਖ ਕੇ ਦੇਵਤੇ ਵੀ ਸ਼ਰਮਸਾਰ ਹੋਣਗੇ। ਭੂਤਕਾਲ ਭਵਿੱਖ ਕਾਲ ਅਤੇ ਵਰਤਮਾਨ ਕਾਲ ਵਿੱਚ ਜਗਤ ਦੇ ਸਾਰੇ ਸਥਾਨਾਂ ਵਿੱਚ ਸ਼ਾਂਤੀ ਦਾ ਅਵਸਥਾ ਹੋ ਜਾਵੇਗੀ। ਜਗਤ ਦੇ ਅਪਾਰ ਭਾਰ ਨੂੰ ਉਤਾਰਨ ਲਈ ਪ੍ਰਭੂ ਜੀ ਕਲਕੀ ਅਵਤਾਰ ਅਖਵਾਉਣਗੇ। ਇਹ ਸੰਭਲ ਨਗਰ ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੀਵਾਲੇ ਵਿੱਚ ਆਉਣਗੇ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ, ਭੂਮੀ ਦੇ ਵੱਡੇ ਭਾਰ ਨੂੰ ਉਤਾਰ ਕੇ ਸੁੰਦਰ ਅੱਖਾਂ ਵਾਲੇ ਵੱਡੀ ਸ਼ੋਭਾ ਪਾਉਣਗੇ। ਮੂਰਖਾਂ ਨੂੰ ਮਾਰ ਕੇ ਅਤੇ ਹਠੀਲੇ ਬਲਵਾਨਾਂ ਨੂੰ ਪਛਾੜ ਕੇ ਬੱਦਲਾਂ ਦੀ ਗਰਜ ਵਾਂਗ ਗੱਜਣਗੇ। ਕੱਲ ਨਾਰਦ ਭੂਤ ਪਿਸਾਚ ਦੇ ਪਰੀਆਂ ਵਿਜੇ ਦੇ ਪੱਤਰ ਧਰਤੀ ਉੱਤੇ ਸੁਣਾਉਣਗੀਆਂ। ਇਹ ਸੰਭਲ ਨਗਰ ਦਾ ਵੱਡਾ ਭਾਗ ਹੈ ਜਿੱਥੇ ਹਰ ਜੀ ਪ੍ਰਭੂ ਜੀ ਅਵਤਾਰ ਧਾਰਨਗੇ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ, ਵੱਡੇ ਵੱਡੇ ਜੁਝਾਰੂਆਂ ਨੂੰ ਕਿਰਪਾਨ ਨਾਲ ਝਾੜ ਕੇ ਯੁੱਧ ਭੂਮੀ ਵਿੱਚ ਬਹੁਤ ਸੋਭਾ ਪਾਉਣਗੇ। ਧਰਤੀ ਉੱਤੇ ਬਹੁਤੇ ਲੋਥਾਂ ਉੱਤੇ ਲੋਥਾਂ ਖਿਲਾਰ ਕੇ ਬੱਦਲਾਂ ਦੀ ਘਟਾ ਵਾਂਗ ਗੱਜਣਗੇ। ਬ੍ਰਹਮ ਸ਼ਿਵ ਅਤੇ ਜਿਤਨੇ ਵੀ ਜੜ ਚੇਤਨ ਹਨ ਉਹ ਵਿਜੇ ਦਾ ਸੱਦ ਉੱਚੀ ਆਵਾਜ਼ ਵਿੱਚ ਸੁਣਾਉਣਗੇ। ਇਹ ਸੰਭਲ ਨਗਰ ਨਾਮ ਦਾ ਸ਼ਹਿਰ ਹੈ ਜਿੱਥੇ ਪ੍ਰਭੂ ਜੀ ਅਵਤਾਰ ਧਾਰ ਕੇ ਆਉਣਗੇ। ਕਲਕੀ ਅਵਤਾਰ ਜੀ ਦਾ
ਉੱਚਾ ਝੰਡਾ ਦੇਖ ਕੇ ਦੇਵਤੇ ਅਤੇ ਦੈਂਤ ਡਰਨਗੇ। ਕਲਗੀ ਅਤੇ ਜਿੰਗਾ ਗੁਰੂ ਸਾਹਿਬ ਜੀ ਆਪਣੀ ਦਸਤਾਰ ਤੇ ਸਜਾਉਣਗੇ, ਗਦਾ ਅਤੇ ਬਰਸ਼ੀ ਧਾਰਨ ਕਰਕੇ ਹੱਥ ਵਿੱਚ ਕਿਰਪਾਨ ਲੈ ਕੇ ਘਮਾਉਣਗੇ। ਜਗਤ ਦੇ ਸਾਰੇ ਪਾਪਾਂ ਨੂੰ ਨਸ਼ਟ ਕਰਨ ਦੇ ਲਈ ਕਲਕੀ ਅਵਤਾਰ ਕਲਯੁਗ ਵਿੱਚ ਆਪਣਾ ਧਰਮ ਚਲਾਉਣਗੇ। ਇਹ ਸੰਭਲ ਨਗਰ ਦਾ ਵੱਡਾ ਭਾਗ ਹੈ ਜਿੱਥੇ ਪ੍ਰਭੂ ਜੀ ਦਿਵਾਲੇ ਵਿੱਚ ਆਉਣਗੇ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ, ਹੱਥ ਵਿੱਚ ਕਿਰਪਾਨ ਬਾਹਾਂ ਗੋਡਿਆਂ ਤੱਕ ਲੰਬੀਆਂ ਹੋਣਗੀਆਂ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਹੱਥ ਵਿੱਚ ਕਿਰਪਾਨ ਹੋਵੇਗੀ, ਬਾਹਾਂ ਗੋਡਿਆਂ ਤੱਕ ਲੰਬੀਆਂ ਹੋਣਗੀਆਂ। ਇਹ ਉਵੇਂ ਹੀ ਹੋਵੇਗਾ ਜਿਵੇਂ ਸੰਤ ਭਿੰਡਰਾਂ ਵਾਲੇ ਦੀਆਂ ਬਾਹਾਂ ਗੋਡਿਆਂ ਤੱਕ ਉੱਚੀਆਂ ਲੰਬੀਆਂ ਸਨ, ਉਵੇਂ ਹੀ ਗੁਰੂ ਸਾਹਿਬ ਫਰਮਾਉਂਦੇ ਹਨ, ਪਾਨ ਕਿਰਪਾਨ ਅਜਾਨ ਭੁਜਾ ਰਣ ਰੂਪ ਮਹਾਨ ਦਿਖਾਵੇਂਗੇ। ਭਾਵ ਹੱਥ ਵਿੱਚ ਕਿਰਪਾਨ ਹੋਵੇਗੀ, ਬਾਹਾਂ ਗੋਡਿਆਂ ਤੱਕ ਲੰਬੀਆਂ ਹੋਣਗੀਆਂ ਤੇ ਯੁੱਧ ਭੂਮੀ ਵਿੱਚ ਆਪਣਾ ਸੁੰਦਰ ਰੂਪ ਵਿਖਾਉਣਗੇ। ਉਸ ਅਦੁੱਤੀ ਸੁਜਾਨ ਦੀ ਬੇਹਦ ਪ੍ਰਭਾ ਨੂੰ ਵੇਖ ਕੇ ਆਕਾਸ਼ ਵਿੱਚ ਵਿਮਾਨਾਂ ਵਿੱਚ ਬੈਠ ਕੇ ਦੇਵਤੇ ਲਿਜਾਉਣਗੇ। ਗਣ ਭੂਤ ਪਿਸਾਚ ਪ੍ਰੇਤ ਤੇ ਪਰੀਆਂ ਮਿਲ ਕੇ ਵਿਜੇ ਦੇ ਗੀਤ ਗਾਉਣਗੀਆਂ। ਇਹ ਸੰਭਲ ਨਗਰ ਦਾ ਵੱਡਾ ਭਾਗ ਹੈ ਜਿੱਥੇ ਪ੍ਰਭੂ ਜੀ ਦਿਵਾਲੇ ਵਿੱਚ ਆਉਣਗੇ। ਗੁਰੂ ਸਾਹਿਬ ਅੱਗੇ ਲਾਸਟ ਪੰਕਤੀ ਵਿੱਚ ਅੰਤਮ ਪੰਕਤੀ ਵਿੱਚ ਫਰਮਾਉਂਦੇ ਹਨ, ਬਾਜਤ ਡੰਕ ਅਤੰਕ ਸਮੇ ਰਣ ਰੰਗ ਤੁਰੰਗ ਨਚਾਵਹਿੰਗੇ। ਭਾਵ ਪਰਲੋ ਅਤੰਕ ਕਾਲ ਦੇ ਨਗਾਰੇ ਵੱਜਣਗੇ ਅਤੇ ਰਣ ਭੂਮੀ ਵਿੱਚ ਘੋੜਿਆਂ ਨੂੰ ਨਚਾਉਣਗੇ। ਕਸ ਬਾਨ ਕਮਾਨ ਗਦਾ ਵਰਸ਼ੀ ਕਰ ਸੂਲ ਤ੍ਰਿਸ਼ੂਲ ਪ੍ਰਮਾਵਹਿੰਗੇ। ਭਾਵ ਬਾਣ ਨੂੰ ਕਮਾਨ ਉੱਤੇ ਖਿੱਚ ਕੇ ਚਲਾਉਣਗੇ ਅਤੇ ਗਦਾ ਵਰਸ਼ੀ ਨੇਜਾ ਅਤੇ ਤ੍ਰਿਸ਼ੂਲ ਨੂੰ ਹੱਥ ਵਿੱਚ ਲੈ ਕੇ ਘੁਮਾਉਣਗੇ। ਗਣ ਦੇਵ ਅਦੇਵ ਪਿਸਾਚ ਪਰੀ ਰਣ ਦੇਖ ਸਵੇ ਰਸਾਵਹਿੰਗੇ। ਭਾਵ ਗਣ ਦੇਵਤੇ ਦੈਂਤ ਪਿਸਾਚ ਪਰੀਆਂ ਆਦਿ ਸਾਰੇ ਯੁੱਧ ਨੂੰ ਵੇਖ ਕੇ ਪ੍ਰਸੰਨ ਹੋਣਗੇ। ਪਲ ਭਾਲ ਭਇਆ ਇਹ ਸੰਭਲ ਕੇ ਹਰ ਜੂ ਹਰਿਮੰਦਰ ਆਵੇਂਗੇ। ਗੁਰੂ ਸਾਹਿਬ ਫਰਮਾਉਂਦੇ ਹਨ, ਇਹ ਸੰਭਲ ਨਾਮ ਦਾ ਵੱਡਾ ਸਹਿ ਹੈ। ਇਹ ਸੰਭਲ ਨਾਮ ਦਾ ਸ਼ਹਿਰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਵਿੱਚ ਪੈਂਦਾ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਆਉਣ ਦੀ ਭਵਿੱਖਬਾਣੀ ਕੀਤੀ ਹੈ। ਹੋ ਸਕਦਾ ਹੈ ਕਿ ਇਹ ਸੰਭਲ ਨਾਮ ਦਾ ਸ਼ਹਿਰ ਕੋਈ ਹੋਰ ਵੀ ਹੋਵੇ, ਪਰ ਸਾਡੇ ਸਰਚ ਦੇ ਅਕੋਰਡਿੰਗ ਇਹ ਸੰਭਲ ਨਾਮ ਦਾ ਸ਼ਹਿਰ ਉੱਤਰ ਪ੍ਰਦੇਸ਼ ਵਿੱਚ ਪੈਂਦਾ ਹੈ, ਜੋ ਤੁਸੀਂ ਸਕਰੀਨ ਦੇ ਉੱਪਰ ਮੈਪ ਦੇ ਦੁਆਰਾ ਦੇਖ ਰਹੇ ਹੋ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਲਕੀ ਅਵਤਾਰ ਦੇ ਆਉਣ ਦੇ ਵਚਨ ਕੀਤੇ ਸਨ ਅਤੇ ਉਹ ਕੀ ਕਰਨਗੇ, ਇਸ ਬਾਰੇ ਤੁਸੀਂ ਸਰਵਣ ਕੀਤਾ ਹੈ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।